ਸਾਨੂੰ ਇਹ ਦੱਸੋ ਵਾ ਤੁਹਾਡਾ ਇੱਥੇ ਹੁਣ ਸਟੇਟਸ ਡੰਕੀ ਲਾ ਕੇ ਆਇਆ ਸੀ, ਤੁਸੀਂ ਕਾਗਜ਼ ਕਿਸ ਤਰ੍ਹਾਂ ਬਣਵਾਏ? ਬਿਸਮਿਲ੍ਲਾਹਿਰਰਹਮਾਨਿਰਰਹੀਮ ਜੀ, ਆਗਾਜ਼ ਰੱਬ ਕਰੀਮ ਕੇ ਬਬਰਕਤ ਨਾਮ ਸੇ ਜੋ ਹਰ ਚੀਜ਼ ਪੇ ਕਾਦਰ ਹੈ। ਅਕਸਰ ਇਨਸਾਨ ਖੁਦ ਆਪਣੀ ਮੰਜ਼ਿਲ ਕਾ ਤਯਨ ਕਰਤਾ ਹੈ ਕਿ ਮੈਨੇ ਵਹਾਂ ਜਾਣਾ ਹੈ, ਲੇਕਿਨ ਬਾਜ਼ ਦਫਾ ਮੰਜ਼ਿਲ ਇਨਸਾਨ ਕਾ ਤਯਨ ਕਰਤੀ ਹੈ ਕਿ ਉਸਨੇ ਕਿਸ ਜਗ੍ਹਾ ਜਾਣਾ ਹੈ। ਐਸਾ ਹੀ ਇਨ ਭਾਈ ਸਾਹਿਬ ਕੇ ਸਾਥ ਹੋਇਆ ਹੈ। ਆਜ ਸੇ 10 ਸਾਲ ਪਹਿਲੇ ਯੇ ਓਮਾਨ ਕੀ ਡੰਕੀ ਲਗਾ ਰਹੇ ਥੇ, ਲੇਕਿਨ ਯੇ ਪਹੁੰਚ ਟਰਕੀ ਗਏ ਹੈ। ਇਨਸੇ ਬਾਤਚੀਤ ਕਰਤੇ ਹੈਂ, ਪੁੱਛਤੇ ਹੈਂ ਕਿ ਕਿਆ ਮਾਮਲਾਤ ਹੁਏ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਭਜਨ, ਕੀ ਹਾਲ ਚਾਲ ਹੈ? ਠੀਕ ਹੋ? ਸ਼ੁਕਰ ਹੈ ਅਲਹਮਦੁਲਿਲਾਹ ਜਨਾਬ, ਤੁਸੀਂ ਸੁਣਾਓ? ਅੱਲਾ ਦਾ ਬੜਾ ਅਹਿਸਾਨ। ਨਾਂ ਤੁਹਾਡਾ ਕੀ ਹੈ ਤੇ ਕਿਹੜੀ ਜਗ੍ਹਾ ਤੋਂ? ਦਾਨਿਸ਼ ਰਾਓ, ਪਾਕਿਸਤਾਨ, ਜ਼ਿਲ੍ਹਾ ਸਰਗੋਧਾ, ਤਹਿਸੀਲ ਬੇਰਾ, ਸ਼ਹਿਰ ਮਿਆਣੀ। ਅੱਛਾ ਜੀ, ਤੇ ਤੁਸੀਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਡੰਕੀ ਲਾਈ ਤੇ ਕਿੱਥੇ ਦੀ ਨੀਅਤ ਕਰਕੇ ਤੁਸੀਂ ਟੁਰੇ ਹੋ? ਅੱਜ ਤੋਂ 10 ਸਾਲ ਪਹਿਲੇ ਓਮਾਨ ਦੀ ਨੀਅਤ ਕਰਕੇ ਡੰਕੀ ਲਾਈ ਹੈ। ਅੱਛਾ, ਉਦੋਂ ਓਮਾਨ ਦੀ ਵੀ ਡੰਕੀ ਲੱਗਦੀ ਸੀ? ਉਦੋਂ ਓਮਾਨ ਦੀ ਵੀ ਲੱਗਦੀ ਸੀ। ਸਾਨੂੰ ਤੇ ਇੰਨਾ ਨੌਲੇਜ ਨਹੀਂ ਸੀ ਹੈ ਕਿ ਮਤਲਬ ਓਮਾਨ ਦੀ ਵੀ ਡੰਕੀ ਲੱਗਦੀ ਸੀ। ਅੱਛਾ, ਉਸ ਤੋਂ ਬਾਅਦ ਓਮਾਨ ਦੀ ਡੰਕੀ ਲੱਗਣੀ ਸੀ ਜਿੱਥੇ ਉਹਨਾਂ ਨੇ ਲਾਣਾ ਸੀ, ਲਾਇਆ ਕੋਈ, ਮੈਂ ਗਲਤੀ ਨਾਲ ਤਹਿਰਾਨ ਆਣਾ। ਇਰਾਨ ਹੀ ਹੁੰਦਾ ਸੀ ਇਹਨਾਂ ਟਰਕੀ ਵਾਲਿਆਂ ਤੇ ਓਮਾਨ ਵਾਲਿਆਂ? ਹਾਂਜੀ, ਇਰਾਨ ਆਣਾ ਹੁੰਦਾ ਸੀ। ਅੱਛਾ, ਤੇ ਟਰਕੀ ਵਾਲਿਆਂ ਨੇ ਤਹਿਰਾਨ ਆਣਾ ਹੁੰਦਾ ਸੀ ਤੇ ਓਮਾਨ ਵਾਲਿਆਂ ਦੇ ਇਰਾਨ ਦੇ ਵਿੱਚੋਂ ਹੀ ਜਾਣਾ ਹੁੰਦਾ ਸੀ। ਠੀਕ ਹੈ, ਤੇ ਮੈਨੂੰ ਗਲਤੀ ਨਾਲ ਉਹਨਾਂ ਤਹਿਰਾਨ ਲਿਆ ਕੇ ਆਂਦੇ। ਪਿੱਛੋਂ ਮੁਸਾਫਰ ਇਕੱਠੇ ਹੀ ਆਉਂਦੇ ਸਨ? ਇਕੱਠੇ ਹੀ ਆਉਂਦੇ ਸਨ ਗਵਾਦਰ ਤੋਂ। ਠੀਕ ਹੈ, ਤਹਿਰਾਨ ਆ ਕੇ ਪਤਾ ਲੱਗਾ ਜੀ 3 ਦਿਹਾੜੇ ਫਿਰ ਪਿੱਛੇ ਜਾਵਣਾ ਹੈ। ਠੀਕ, ਫਿਰ ਉਹਨੇ ਮੈਨੂੰ ਮਸ਼ਵਰਾ ਦਿੱਤਾ ਕਿ ਤੂੰ ਅੱਗੇ ਤੁਰਕੀ ਟੁਰ ਜਾ। ਮੈਂ ਕਿਹਾ ਮੈਂ ਓਮਾਨ ਵਾਸਤੇ ਆਇਆ ਵਾਂ। ਉਹਨੇ ਕਿਹਾ ਹੁਣ ਕੁਝ ਨਹੀਂ ਕਰ ਸਕਦੇ ਆ, ਤੂੰ ਇੱਥੋਂ ਅੱਗੇ ਜਾ। ਅੱਛਾ, ਤਹਿਰਾਨ ਦੇ ਵਿੱਚ ਮੈਨੂੰ ਇੱਕ ਬਾਬਾ ਮਿਲਿਆ ਜਿਹਨੇ ਮੈਨੂੰ ਸਮਝਾਇਆ ਕਿ ਤੂੰ ਤੁਰਕੀ ਟੁਰ ਜਾ ਕਦੀ ਯਾਦ ਕਰੇਂਦਾ। ਅੱਛਾ, ਉਹ ਫਿਰ ਅੱਜ ਤੜੀ ਯਾਦ ਕਰ ਰਿਹਾ? ਅੱਜ ਤੜੀ ਉਹਨੇ ਯਾਦ ਕਰ ਰਿਹਾ ਕਿ ਜਿਹਨੇ ਅਗਲ ਦੇ ਛੱਡੀ। ਓਮਾਨ ਦੇ ਵਿੱਚ ਨਾਲੇ ਗਰਮੀ ਜ਼ਿਆਦਾ ਹੁੰਦੀ ਹੈ, ਕੰਮ ਦਾ ਨਹੀਂ ਪਤਾ ਹੁੰਦਾ। ਤੁਰਕੀ ਦੇ ਵਿੱਚ ਠੰਡਾ ਮੌਸਮ, ਮਿੱਠਾ ਮੌਸਮ ਸਾਰੇ ਹੀ ਆਏ ਨੇ ਜੀ। ਤੇ ਹੁਣ ਅਸੀਂ ਇਸ ਟਾਈਮ ਜਨਾਬ ਜੀ ਤੁਹਾਡੇ ਸਾਹਮਣੇ ਆ ਤੁਰਕੀ ਦੇ ਵਿੱਚ। ਅੱਛਾ, ਉਦੋਂ ਤੁਸੀਂ ਤੁਰਕੀ ਪਹੁੰਚ ਗਏ? ਪਹੁੰਚ ਗਏ, ਤੇ ਉਸ ਤੋਂ ਬਾਅਦ ਜਨਾਬ ਜੀ ਇਸਤੰਬੁਲ ਆਏ। ਇਸਤੰਬੁਲ ਆ ਕੇ 7 ਦਿਨ ਜ਼ਲੀਲ ਹੋਏ। ਅੱਗੇ ਕੋਈ ਬੰਦਾ ਨਹੀਂ ਸੀ ਆ? ਅੱਗੇ ਕੋਈ ਬੰਦਾ ਨਹੀਂ ਸੀ, ਸਿਰਫ ਰੱਬ ਦੇ ਆਸਰੇ ਤੇ ਹੀ ਆਏ ਸਾਂ। ਠੀਕ ਹੈ, ਅੱਗੇ ਕੋਈ ਬੰਦਾ ਲੈਣ ਵਾਲਾ ਨਹੀਂ ਆ। 7 ਦਿਨ ਜ਼ਲੀਲ ਹੋਏ, ਨਾ ਰੋਟੀ ਨਾ ਪਾਣੀ, ਇੰਜ ਹੀ ਬਸ ਮੁਸਾਫਰੀਆਂ ਦੇ ਵਿੱਚ ਜ਼ਲੀਲ ਹੋਏ, ਧੱਕੇ ਖਾਏ, ਤੇ ਫਿਰ ਅੱਲਾ ਨੇ ਇੱਕ ਬਾਂਹ ਫੜੀ। ਠੀਕ ਹੈ, ਫਿਰ ਕੰਮ ਸ਼ਾਮ ਵੀ ਲੱਗ ਗਏ। ਉੱਥੇ ਫਿਰ ਕੋਈ ਜਾਣੂ ਸ਼ਾਣੂ ਛੋਰ ਮਿਲ ਗਏ ਜਾਂ ਕੀ ਮਾਮਲਾ ਹੋਇਆ? ਉੱਥੇ ਇੱਕ ਬੰਦਾ ਸੀ ਜੇਲਮ ਦਾ, ਜਿਹਨੇ ਮੈਨੂੰ ਆਪਣੀ ਰਿਹਾਇਸ਼ ਤੇ ਬੁਲਾਇਆ, ਮਤਲਬ ਕਿ ਆਪਣੀ ਰਿਹਾਇਸ਼ ਦੇ ਵਿੱਚ ਉਹਨੇ ਮੈਨੂੰ ਬੁਲਾ ਕੇ ਤੇ ਮੇਰਾ ਖਾਣਾ ਪੀਣਾ ਰੱਖ ਲਿਆ, ਤੇ ਉਸ ਤੋਂ ਬਾਅਦ ਕੰਮ ਸ਼ਾਮ ਲਵਾਇਆ। ਉਸ ਟਾਈਮ ਮੈਂ 31,000 ਰੁਪਇਆ ਦਿੱਤਾ ਸੀ, ਕੰਮ ਲਵਾਈ ਸਿਰਫ ਸਿਰਫ ਕੰਮ ਲਵਾਈ 31,000 ਰੁਪਇਆ ਦਿੱਤਾ ਸੀ ਜੀ। ਠੀਕ ਹੈ, ਉਸ ਤੋਂ ਬਾਅਦ ਜਨਾਬ ਜੀ ਕੰਮ ਸ਼ਾਮ ਲੱਗਦੇ ਰਹੇ, ਅੱਗੇ ਫਿਰ ਵੱਧਦੇ ਰਹੇ। ਠੀਕ ਹੈ, ਤੇ ਬਾਅਦ ਫਿਰ ਨਵੀਆਂ ਫੈਕਟਰੀਆਂ, ਅੱਗੇ ਕੰਮ ਫਿਰ ਲੱਭਦਾ ਹੀ ਰਹਿੰਦਾ ਇਨਸਾਨ ਨੂੰ, ਜਿਵੇਂ ਜਿਵੇਂ ਚੱਲਦਾ ਰਹਿੰਦਾ ਹਾਲਾਤ ਦੇ ਨਾਲ, ਅੱਗੇ ਫਿਰ ਸਮਝੌਤਾ ਕਰਦਾ ਰਹਿੰਦਾ ਜੀ। ਤੇ ਉਸ ਤੋਂ ਬਾਅਦ ਜਨਾਬ ਜੀ ਮੈਂ ਫੈਕਟਰੀਆਂ ਦੇ ਵਿੱਚ ਲੱਗਾ ਰਿਹਾ, ਕੰਮ ਕਰਦਾ ਰਿਹਾ ਮਸ਼ੀਨਾਂ ਦਾ। ਠੀਕ ਹੈ, ਉਸ ਤੋਂ ਬਾਅਦ ਮੈਂ ਵਿੰਚ ਦਾ ਕੰਮ ਕਰਦਾ ਰਿਹਾ, ਕਰੇਨ ਮੈਂ ਚਲਾਇਆ। ਵਿੰਚ ਨਜ਼ਰੀਨ ਆਉਂਦੇ ਨੇ ਕਰੇਨ ਨੂੰ? ਅੱਛਾ, ਕਰੇਨ ਮੈਂ ਚਲਾਈ ਹੈ। ਠੀਕ ਹੈ, ਉਸ ਤੋਂ ਬਾਅਦ ਫੋਰਕ ਲਿਫਟ, ਟਰੈਕਟਰ, ਦੁਨੀਆ ਦੀ 171 ਮਸ਼ੀਨਾਂ ਮੈਂ ਚਲਾ ਸਕਿਆ ਮੈਂ ਇਸ ਟਾਈਮ। ਮਤਲਬ ਉੱਥੇ ਹੀ ਫਿਰ ਨਾਲ ਨਾਲ ਸਿੱਖਦੇ ਰਹੇ ਨਾਲ ਨਾਲ? ਤੇ ਸਕਾਰੀਆ ਕਿਵੇਂ ਆਣਾ ਹੋਇਆ ਤੁਹਾਡਾ? ਸਕਾਰੀਆ ਇੰਜ ਆਣਾ ਹੋਇਆ ਕਿ ਜਿਸ ਬੰਦੇ ਨੇ ਮੈਨੂੰ ਆਪਣੀ ਰਿਹਾਇਸ਼ ਤੇ ਬੁਲਾਇਆ ਸੀ ਨਾ, ਹਾਂ, ਉਹ ਮੈਨੂੰ ਕੰਮ ਤੇ ਘੱਲਦਾ ਸੀ ਤੇ ਮੈਂ ਵਾਪਸ ਟੁਰ ਜਾਂਦਾ ਸਾਂ। ਕੰਮ ਨਹੀਂ ਪਸੰਦ ਆਇਆ, ਇਹ ਹੋ ਗਿਆ, ਉਹ ਹੋ ਗਿਆ, ਤੁਸੀਂ ਆਂਦੇ ਹੋਣੇ 31,000 ਪੂਰਾ ਕਰੀਏ, 31,000 ਪੂਰਾ ਕਰ ਲਈਏ। ਉਹਨੇ ਮੈਨੂੰ ਇੱਥੇ ਘੱਲਿਆ ਸਕਾਰੀਆ, ਉਹਨੇ ਕਿਹਾ ਲੈ ਹੁਣ ਤੂੰ ਆ ਕੇ ਵਿਖਾਈ ਮੈਨੂੰ। ਆਇਆ ਫਿਰ ਇਸ ਸਕਾਰੀਆ ਦਾ ਇਸ ਤਰ੍ਹਾਂ ਦਾ ਮਾਹੌਲ ਬਣਿਆ ਕਿ ਜਿਸ ਤਰ੍ਹਾਂ ਮੇਰਾ ਆਪਣਾ ਇੱਕ ਪਿੰਡ ਹੈ ਨਾ, ਉਸ ਹਿਸਾਬ ਦਾ ਇੱਥੇ ਮਾਹੌਲ ਹੈ। ਠੀਕ ਹੈ, ਫਿਰਨਾ ਟੁਰਨਾ ਚ ਪੁਲਿਸ ਦੀ ਕੋਈ ਟੈਨਸ਼ਨ ਨਹੀਂ ਹੈ। ਠੀਕ ਹੈ, ਇਸਤੰਬੁਲ ਚੱਪੇ ਚੱਪੇ ਤੇ ਪੁਲਿਸ ਹੈ, ਇਸ ਜਗ੍ਹਾ ਤੇ ਐਡਾ ਕੋਈ ਪੁਲਿਸ ਦਾ ਖਤਰਾ ਨਹੀਂ ਹੈ। ਠੀਕ ਹੈ, ਤਾਂ ਕਿ ਬੰਦਾ ਆਪਣੇ ਮਾਂ ਪਿਓ ਵਾਸਤੇ ਜਾਂ ਭੈਣਾਂ ਭਰਾਵਾਂ ਵਾਸਤੇ। ਮਤਲਬ ਤੁਸੀਂ ਇਸ ਗੱਲ ਤੇ ਰਾਜ਼ੀ ਹੋ ਵਾ ਮੈਂ ਓਮਾਨ ਨਹੀਂ ਗਿਆ, ਟਰਕੀ ਆ ਗਿਆ, ਚੰਗਾ ਹੀ ਹੋਇਆ? ਚੰਗਾ ਹੀ ਹੋਇਆ। ਠੀਕ ਹੈ, ਓਮਾਨ ਗਿਆ ਹੁੰਦਾ ਹੁਣ ਤੱਕ ਪਾਕਿਸਤਾਨ ਹੀ ਟੋਰੀ ਜਾਣਾ ਸੀ। ਤੁਰਕੀ ਚ ਆਏ ਆ, ਇਨਸਾਨ ਦੀ ਆਪਣੀ ਜਦੋਂ ਤੱਕ ਦਿਲ ਨਹੀਂ ਹੁੰਦਾ ਉਦੋਂ ਤੱਕ ਬੰਦਾ ਨਹੀਂ ਜਾਂਦਾ। ਅੱਛਾ, ਤੇ ਕੀ ਕੰਮ ਸ਼ਾਮ ਤੁਸੀਂ ਅੱਜ ਕੱਲ ਕਰ ਰਹੇ ਹੋ? ਕਿੰਨੇ ਕੁ ਪੈਸੇ ਬਣਾ ਰਹੇ ਹੋ? ਕਿੰਨੇ ਘੰਟੇ ਕੰਮ ਕਰਦੇ ਹੋ ਸਾਨੂੰ ਇਹ ਵੀ ਦੱਸੋ। ਹਾਂ, ਮੈਂ ਸਰਕਾਰ ਇਸ ਟਾਈਮ ਜਿਹੜਾ ਨਾ ਜਿਹੜਾ ਤੁਰਕੀ ਦੇ ਵਿੱਚ ਹੈ ਨਾ, ਉਹਨਾਂ ਨੂੰ ਤਾਂ ਪਤਾ ਹੈ ਵੀ ਗਿਰੀਧੁਨਸ਼ ਦਾ ਕੀ ਕੰਮ ਹੈ। ਠੀਕ ਹੈ, ਯਾਨੀ ਕਿ ਗਿਰੀਧੁਨਸ਼ ਇੱਕ ਫੈਕਟਰੀ ਹੈ। ਠੀਕ ਹੈ, ਬਾਹਰੋਂ ਦੂਸਰੀਆਂ ਫੈਕਟਰੀਆਂ ਤੋਂ ਸਮਾਨ ਲੈਂਦੀ ਹੈ, ਜਿਹੜਾ ਜਿਹੜਾ ਵੱਖਰਾ ਵੱਖਰਾ ਸਮਾਨ ਹੁੰਦਾ ਉਹਨਾਂ ਦੀ ਅਗਲੀ ਫੈਕਟਰੀਆਂ ਦੇ ਵਿੱਚ ਪਹੁੰਚਾਉਂਦੀ ਹੈ। ਠੀਕ ਹੈ, ਮੈਂ ਕੰਮ ਕਰਦਾ ਵਾਂ, 21,000 ਰੁਪਇਆ ਮੈਂ ਤਨਖਾਹ ਲੈ ਰਿਹਾ। ਉਸ ਤੋਂ ਬਾਅਦ ਜਨਾਬ ਜੀ ਹਫ਼ਤੇ ਇਤਵਾਰ ਦੀ ਛੁੱਟੀ ਹੈ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਨਾ ਕਿ ਜਿਸ ਬੰਦੇ ਕੰਮ ਕਰਨਾ ਹੁੰਦਾ ਨਾ, ਉਹਨੇ ਨਹੀਂ ਹੈ ਕਿ ਇੱਕ ਫੈਕਟਰੀ ਦੇ ਵਿੱਚ ਹੀ ਕੰਮ ਕਰਨਾ ਹੈ। ਠੀਕ ਹੈ, ਮੈਂ ਹੁਣ ਬਾਹਰ ਵੀ ਜਾ ਕੇ ਕੰਮ ਕਰਦਾ ਵਾਂ। ਸਹੀ ਹੈ, ਜਿਹੜੀ ਮਜ਼ਦੂਰੀ ਲੱਭੇ ਤੁਸੀਂ ਆਂਦੇ ਹੋ, ਆਮੀਨ, ਮਜ਼ਦੂਰੀ ਕਰਨਾ। ਠੀਕ ਹੈ, ਅਗਰ ਤੂੰ ਮੈਨੂੰ ਕਹੋ ਕਿ ਵੀ ਇੱਥੇ ਪਲਸਤਰ ਕਰਨਾ, ਮੈਂ ਪਲਸਤਰ ਕਰਾਂਗਾ। ਅਗਰ ਤੂੰ ਮੈਨੂੰ ਕਿਹਾ ਦੀਵਾਰ ਬਣਾਏ, ਦੀਵਾਰ ਬਣਾਵਾਂਗਾ। ਅਗਰ ਤੁਸੀਂ ਮੈਨੂੰ ਕਹੋ ਕਿ ਲੋਹੇ ਦਾ ਬੂਹਾ ਬਣਾ ਕੇ ਦੇ, ਮੈਂ ਲੋਹੇ ਦਾ ਬੂਹਾ ਵੀ ਬਣਾ ਕੇ ਦੇਵਾਂਗਾ। ਮਤਲਬ ਘਰ
21,000 रुपया बन जाए। अच्छा ठीक है, तो आड़ा की आहना है जेड़े जी आना चाहते ने कम सीख के आना चाहिए या को जाते ने जी बोथे जाके पे करा दे, ये वो कम वाले बंदे दी ज्यादा वैल्यू है जेड़ा अनस्किल बंदा ओदी ज्यादा वैल्यू है। जड़े बंदे कहने के भी असि बाहर जाना है ठीक है तो उतो कमावे कमाना एडा सौखा नहीं होंगे ठीक है मुकद्दर के नाल सिकंदर भी होना पै जाता है कदी कदी बिल्कुल ठीक है हिम्मत होनी चाहिए है हर फन मौला इंसान अपने जेहन के नाल टुरद ठीक है काम ना भी सीखे हो गए तो इतने आके हालात ओनू काम भी सिखा छड़दे ने काम सिखा छड़दे हुण मैं हर एक काम कर सकदा मैं किहड़ा पाकिस्तान सीख के आया वा ठीक है दुनिया की 101 मशीन है जी मैं आप अपने हाथों के लंघा ली है चला तुसी डंकी ला के आए तो कागज किस तरह बनवाए मैं जनाब जी तो डंकी ला के आए असा ठीक है कागज इंज बनते हैं कि अगर तुसी पाकिस्तान दे विचो अपने जड़ा ना पेपर मुकम्मल रखो पासपोर्ट शनाख्ती कार्ड एरा वगैरह मुकम्मल हो फिर पेपर बनते हैं हूँ बन रहे हैं कि नहीं बन रहे मेरे पेपर बनने की सिर्फ सब तो वड्डी मुसीबत है कि मैं छोटी उम्र इतने आए हैं सन कि मेरा पासपोर्ट और पाकिस्तान का शनाख्ती कार्ड नहीं सी है ठीक है हूँ मैं वकील नो गल कर करा के सारे मुकम्मल करके हूँ पेपर मेरे तकरीबन 6 महीने और रह गए ने ठीक है 6 महीनों के पेपर मेरे सारे मुकम्मल हो जाएंगे पाकिस्तान आ जा सकते हो या नहीं आ जा सकते? उस पेपर के उत्ते मैं पाकिस्तान आ जा सकना वा ठीक है जिस टाइम मेरा दिल करे मैं जा जिस टाइम मेरा दिल करे मैं आ सकना वा सिर्फ उन्होंने फैक्ट्री की पाबंदी है ठीक है अच्छा उत्ते मेरा एक होंगे इशू बने पासपोर्ट का ठीक है मतलब तुसी उस फैक्ट्री नाल ही काम करना फिर जिन्हां नाल तुसी पेपर पे बनवांदे हो हां जी ओ तुहानू 3 साल उन्हां नाल मुकम्मल काम करना पेगा चाहे औखा है या सौखा है अच्छा तुसा इस्तांबुल भी मजदूरी की सकारिया माशाल्लाह मैं भी अज ही आया बड़ा खूबसूरत शहर है छोटा जहा पिंड वाला माहौल है इस्तांबुल ते सकारिया च की फर्क तुसी महसूस करदे हो इस्तांबुल शहर है उत्थे जितना कमाओ उतना ही खर्चा है ठीक है सकारिया एक थोड़े वास्ते बचत का माहौल है तुसा फिरना है अपनी हिम्मत वे खान इलाका होंदा खूबसूरत होंदा ठीक है तो इत्थे इंज मैं तुहानू दसदा कि जिवें अपना पाकिस्तान का एक पिंड होंदा ना ठीक है खूबसूरत लगता बंदे नूं ऐ हिसाब है ना इत्थे पुलिस की टेंशन है ना किसी चीज़ की टेंशन है किसी बंदे तुहाडे नाल कोई बदतमीजी नहीं करनी है इस्तांबुल जगह जगह ते डकैतियां चपेड़ा मार देने मोबाइल खो लेंदे ने पैसे खो लेंदे ने पुलिस उस तो बाद थानू सांह नहीं लैन देंदी है बिल्कुल जी सकारिया जेड़ा ना बड़ा पुर अमन जिहा शहर है इस्तांबुल भी पुर अमन है लेकिन इत्थे जरा पिंड वाला माहौल है सादे लोग ने मतलब ड्रामेबाजियां नहीं है बेशक ते की तुहाडा हुण मशवरा है पाकिस्तान दे जीआं नूं जेड़े सानू वेखदे ने और बार बार आंदे ने बस आ डंकी लानी है साडा कुछ करो क्या हुण डंकी ला के आना चाहिए या नहीं आना चाहिए पहले तो मेरे सब भरावां वास्ते यही गुजारिश है कि भी डेंकी लाना थोड़े वास की गेम इस टाइम नहीं रह गई है ठीक है एक तुर्की वाले ने इतनी सख्ती कर छड़ी है दूसरा ईरान वाले ने इतनी सख्ती कर छड़ी है कि तुहानू फड़ लैंदे ने तुहाडे कोल पैसे लैंदे ने सेवां लग जांदियां ने सेफां ला लैंदे ने जितना पैसा इत्थे आवण दा प्रोसीजर ला रहे हो इतने दा तां वीजा मिल रहा इस टाइम मतलब बेवकूफी है डेंकी लाना पुर्तगाल वीजा दे रहा है स्पेन वीजा दे रहा है एलगी कर्चल वास्ते सारयां नूं वीजा दे रहा है बिल्कुल पिछले दिनों च मैं एक बंदे दी वीडियो बनाई सी तकरीबन 7.5-8 लाख रुपया ला के टर्की पहुंचा डंकी ला के ते हुण 8 लाख च 9 लाख च को वर्क परमिट वाली भी गेम चली है कोई बंदे वर्क परमिट से भी आ रहे ने तुहाडा मशवरा है कि डंकी नहीं लानी डंकी नहीं लानी है वर्क परमिट का यह वे कि अगर तुहाडा कोई खास दोस्त इत्थे है वे अपने मालिक नाल गल कर सकदा है ते अगर तुहाडा मालिक चाहे ते ਉਹ ਤੁਹਾਨੂੰ ਵਰਕ ਪਰਮਿਟ ਦੇ ਸਕਦਾ ਹੈ ਠੀਕ ਵਰਕ ਪਰਮਿਟ ਦੀ ਹੁਣ ਗੱਲ ਹੋਈ ਹੈ ਵਰਕ ਪਰਮਿਟ ਸਾਡਾ ਸਿਰਫ ਹਫਤੇ ਜਾਂ ਡੇਢ ਤੱਕ ਨਿਕਲੇਗਾ ਠੀਕ ਹੈ ਵਰਕ ਪਰਮਿਟ ਤੇ ਹਰ ਸੂਰਤ ਵਿੱਚ ਬੰਦਾ ਆ ਸਕਦਾ ਹੈ ਔਰ ਉਸ ਤੋਂ ਬਾਅਦ ਕਿ ਆਪਣੀ ਫੈਮਿਲੀ ਨੂੰ ਵੀ ਬੁਲਾ ਸਕਦਾ ਉਹ ਬਿਲਕੁਲ ਜੀ ਵਰਕ ਪਰਮਿਟ ਤੇ ਜਿੰਨੀ ਕਫਾਦੀਏ ਤੇ ਉਸ ਤੇ ਇੱਕ ਲਹਿਦਾ ਵੀਡੀਓ ਵੀ ਮੈਂ ਬਣਾਦਾ ਬੜੀ ਮਿਹਰਬਾਨੀ ਬੜਾ ਸ਼ੁਕਰੀਆ ਤੇ ਜਿਹੜੇ ਦੋਸਤ ਸਾਨੂੰ ਇਸ ਗੱਲ ਵਾਸਤੇ ਫੋਨ ਕਰਦੇ ਨੇ ਕਿ ਯਾਰ ਸਾਨੂੰ ਕੋਈ ਏਜੰਟ ਦਿਓ ਜਾਂ ਸਾਡੀ ਕੋਈ ਗੇਮ ਕਰਾਓ ਉਹਨਾਂ ਅੱਗੇ ਬੜਾ ਮਿਹਰਬਾਨੀ ਬੜੀ ਮਾਜ਼ਰਤ ਹੈ ਕਿਉਂਕਿ ਨਾ ਤੇ ਅਸੀਂ ਕੋਈ ਏਜੰਟ ਆ ਨਾ ਅਸੀਂ ਕਿਸੇ ਦੇ ਸਭ ਏਜੰਟ ਆ ਸਾਡਾ ਮਕਸਦ ਤੁਹਾਡੇ ਤੱਕ ਅਥੈਂਟਿਕ ਮਾਲੂਮਾਤ ਪਹੁੰਚਾਣਾ ਹੈ ਨਾ ਕਿ ਸ਼ੁਭ ਦੇ ਬਾਜ਼ੀਆਂ ਫੈਲਾਣਾ ਹੈ ਤੁਸੀਂ ਆਪਣਾ ਵੀ ਵਕਤ ਬਚਾਇਆ ਕਰੋ ਤੇ ਸਾਡਾ ਵੀ ਵਕਤ ਬਚਾਇਆ ਕਰੋ ਬੜੀ ਮਿਹਰਬਾਨੀ ਬੜਾ ਸ਼ੁਕਰੀਆ